ਸਾਹਮਣੇ ਆ ਰਹੀ ਹੈ। ਇੱਥੇ ਦੱਸ ਦਈਏ ਮੋਹਾਲੀ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹਮਲਾ ਕੀਤਾ ਗਿਆ। ਤਾਪਿਆਂ ਤੇ ਬੈਠੇ ਗ੍ਰੰਥੀ ਨੂੰ ਘੜੀਸ ਕੇ ਉਤਾਰਿਆ ਗਿਆ। ਮੁਲਜ਼ਮ ਗੁਰੂ ਘਰ ਅੰਦਰ ਹੀ ਅਲਫ ਨੰਗਾ ਹੋ ਗਿਆ। ਇੱਥੇ ਦੱਸ ਦਈਏ ਕਿ ਮੋਹਾਲੀ ਦੇ ਪਿੰਡ ਸਿੱਲ ਦੀ ਇਹ ਘਟਨਾ ਹੈ। ਮੋਹਾਲੀ ਵਿੱਚ ਗ੍ਰੰਥੀ ਸਿੰਘ ਤੇ ਹਮਲਾ ਕੀਤਾ ਗਿਆ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਹਮਲਾ ਕੀਤਾ ਗਿਆ। ਪਿੰਡ ਮਿਲ ਤੋਂ ਇਹ ਮਾਮਲਾ ਸਾਹਮਣੇ ਆਇਆ। ਗੁਰਦੁਆਰੇ ਅੰਦਰ ਪਾਠੀ ਨੂੰ ਘੜੀਸਿਆ ਗਿਆ, ਤਾਬਿਆਂ ਤੇ ਬੈਠੇ ਗ੍ਰੰਥੀ ਨੂੰ ਘੜੀਸਿਆ ਗਿਆ। ਤਾਂ ਵੇਖ ਸਕਦੇ ਹੋ ਤਸਵੀਰਾਂ ਇਹ ਤੁਸੀਂ, ਜਦੋਂ ਇਸ ਸ਼ਖਸ ਨੇ ਘੜੀਸਿਆ ਤੇ ਮੋਹਾਲੀ ਦੇ ਪਿੰਡ ਮਿਲ ਦਾ ਇਹ ਪੂਰਾ ਮਾਮਲਾ ਹੈ। CCTV ਇਹ ਸਾਹਮਣੇ ਆਈ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਹਮਲਾ ਇੱਥੇ ਕੀਤਾ ਗਿਆ। ਗੁਰਦੁਆਰੇ ਵਿੱਚ ਪਾਠੀ ਤੇ ਹਮਲਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਹਮਲਾ ਕੀਤਾ ਗਿਆ। ਮੋਹਾਲੀ ਦੇ ਪਿੰਡ ਸਿੱਲ ਦਾ ਇਹ ਮਾਮਲਾ ਹੈ। ਤੇ ਦੱਸ ਦਈਏ ਇਹ CCTV ਫੁਟੇਜ ਵੀ ਸਾਹਮਣੇ ਆਈ ਹੈ। ਤਾਂ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਗ੍ਰੰਥੀ ਸਿੰਘ 'ਤੇ ਕਿਸ ਤਰ੍ਹਾਂ ਹਮਲਾ ਕਰਦਾ ਹੋਇਆ ਇਹ ਸ਼ਖਸ ਨਜ਼ਰ ਆ ਰਿਹਾ ਹੈ। ਗੁਰਦੁਆਰਾ ਸਾਹਿਬ ਵਿੱਚ ਇਸਨੇ ਗ੍ਰੰਥੀ ਸਿੰਘ ਨੂੰ ਘੜੀਸਿਆ, ਤਾਬਿਆਂ 'ਤੇ ਬੈਠੇ ਗ੍ਰੰਥੀ ਸਿੰਘ ਨੂੰ ਇਸਨੇ ਘੜੀਸਿਆ। ਮੁਲਜ਼ਮ ਗੁਰੂ ਘਰ ਵਿੱਚ ਅਲਫ ਨੰਗਾ ਹੋਇਆ ਅਤੇ ਪਾਠੀ 'ਤੇ ਹਮਲਾ ਕੀਤਾ ਗਿਆ। ਗੁਰਦੁਆਰੇ ਵਿੱਚ ਹੀ ਪਾਠੀ 'ਤੇ ਹਮਲਾ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਹਮਲਾ ਕੀਤਾ ਗਿਆ। ਗੁਰਦੁਆਰੇ ਅੰਦਰ ਪਾਠੀ ਨੂੰ ਘੜੀਸਿਆ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਹਮਲਾ ਕੀਤਾ ਗਿਆ। ਤਾਬਿਆਂ 'ਤੇ ਬੈਠੇ ਗ੍ਰੰਥੀ ਨੂੰ ਘੜੀਸ ਕੇ ਉਤਾਰਿਆ ਗਿਆ ਅਤੇ ਮੁਲਜ਼ਮ ਗੁਰੂ ਘਰ ਅੰਦਰ ਹੀ ਅਲਫ ਨੰਗਾ ਇੱਥੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਇਸਨੇ ਘੜੀਸਿਆ, ਤਾਬਿਆਂ 'ਤੇ ਬੈਠੇ ਗ੍ਰੰਥੀ ਨੂੰ ਇਸਨੇ ਘੜੀਸ ਕੇ ਉਤਾਰ ਦਿੱਤਾ ਥੱਲੇ। ਫਿਰ ਗੁੱਥਮ ਗੁੱਥਾ ਹੁੰਦੇ ਹੋਏ ਇਹ ਦੋਵੇਂ ਨਜ਼ਰ ਆ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇਹ ਹਮਲਾ ਕੀਤਾ ਗਿਆ, ਗ੍ਰੰਥੀ ਨੂੰ ਘੜੀਸ ਕੇ ਉਤਾਰਿਆ ਗਿਆ। CCTV ਫੁਟੇਜ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਪਹਿਲਾਂ ਇਹ ਕੁਝ ਗੱਲਬਾਤ ਕਰਦਾ ਨਜ਼ਰ ਆ ਰਿਹਾ ਅਤੇ ਫਿਰ ਤਾਬਿਆਂ 'ਤੇ ਬੈਠੇ ਗ੍ਰੰਥੀ ਨੂੰ ਇਸਨੇ ਘੜੀਸ ਲਿਆ। ਮੋਹਾਲੀ ਤੋਂ ਇਹ ਮਾਮਲਾ ਸਾਹਮਣੇ ਆਇਆ। ਮੋਹਾਲੀ ਦੇ ਪਿੰਡ ਸਿੱਲ ਦਾ ਇਹ ਮਾਮਲਾ ਹੈ। ਤਾਂ ਇੱਥੇ ਦੱਸ ਦਈਏ ਕਿ ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਫਿਲਹਾਲ ਇਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਪਾਠੀ 'ਤੇ ਹਮਲਾ ਕੀਤਾ ਗਿਆ, ਤਾਬਿਆਂ 'ਤੇ ਬੈਠੇ ਗ੍ਰੰਥੀ ਨੂੰ ਘੜੀਸ ਕੇ ਉਤਾਰ ਦਿੰਦਾ ਇਹ ਸ਼ਖਸ ਅਤੇ ਉਸ ਤੋਂ ਬਾਅਦ ਕਾਫੀ ਦੇਰ ਤੱਕ ਇਹਨਾਂ ਦੀ ਝੜਪ ਹੁੰਦੀ ਰਹਿੰਦੀ ਹੈ। ਮੋਹਾਲੀ ਦੇ ਗੁਰਦੁਆਰਾ ਸਾਹਿਬ ਦਾ ਇਹ ਮਾਮਲਾ ਹੈ। ਗੁਰੂ ਘਰ ਦੇ ਅੰਦਰ ਹੀ ਇਹ ਵੇਖ ਸਕਦੇ ਹੋ ਤੁਸੀਂ ਕੱਪੜੇ ਲਾਉਂਦਾ ਹੋਇਆ ਇਹ ਨਜ਼ਰ ਆ ਰਿਹਾ ਹੈ ਅਤੇ ਤਾਬਿਆਂ 'ਤੇ ਬੈਠੇ ਗ੍ਰੰਥੀ ਨੂੰ ਕਿਸ ਤਰ੍ਹਾਂ ਪਹਿਲਾਂ ਘੜੀਸਿਆ ਗਿਆ, ਫਿਰ ਬਹਿਸ ਵੀ ਕਾਫੀ ਦੇਰ ਤੱਕ ਇੱਥੇ ਹੁੰਦੀ ਹੋਈ ਨਜ਼ਰ ਆਈ। ਮੋਹਾਲੀ ਵਿੱਚ ਗ੍ਰੰਥੀ ਸਿੰਘ 'ਤੇ ਹਮਲਾ ਕੀਤਾ ਗਿਆ, ਪਿੰਡ ਸਿੱਲ ਦਾ ਇਹ ਮਾਮਲਾ।